ਦਿਨੋ ਦਿਨ ਵੱਧਦੀ ਗਰਮੀ ਦੇ ਚਲਦੇ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਉੱਥੇ ਹੀ ਕਿਸਾਨਾਂ ਨੂੰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਆਜ਼ਾਦ ਦੇ ਪਿੰਡ ਪੰਜਗਰਾਈਆਂ ਨਿਜਰਾਂ ਅੰਦਰ ਕਰੇਲੇ ਅਤੇ ਤੋਰੀਆਂ ਦੀ ਸਬਜ਼ੀ ਦੀ ਖੇਤੀ ਕਰਦੇ ਕਿਸਾਨਾਂ ਨੂੰ ਗਰਮੀ ਕਰਕੇ ਉਹਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋ ਰਿਹਾ। ਸੋ ਵੱਧਦੀ ਗਰਮੀ ਕਰਕੇ ਕਿਸਾਨਾਂ ਦੀ ਕਰੇਲੇ ਦੀ ਫਸਲ ਸੁੱਕਦੀ ਜਾ ਰਹੀ ਹੈ ਅਤੇ ਉਸਦਾ ਰੰਗ ਵੀ ਬਦਲਦਾ ਜਾ ਰਿਹਾ, ਜਿਸ ਦੇ ਚਲਦੇ ਕਿਸਾਨ ਪਰੇਸ਼ਾਨ ਹਨ। ਪਰਮਾਤਮਾ ਅੱਗੇ ਕਿਸਾਨ ਅਰਦਾਸ ਕਰ ਰਹੇ ਨੇ ਕਿ ਜਲਦ ਮੀਂਹ ਪਵੇ ਤਾਂ ਜੋ ਕਰੇਲੇ ਦੀ ਖੇਤੀ ਚੰਗੀ ਹੋ ਸਕੇ। ਕਿਸਾਨ ਸਰਪੰਚ ਜਸਵਿੰਦਰ ਸਿੰਘ ਅਤੇ ਜਸਕਰਨ ਸਿੰਘ ਨੇ ਇੰਡੀਆ ਨਿਊਜ਼ ਪੰਜਾਬ ਦੇ ਨਾਲ ਕੀਤੀ ਹੈ ਵਿਸ਼ੇਸ਼ ਗੱਲਬਾਤ। ਲਗਾਤਾਰ ਪੂਰੇ ਪੰਜਾਬ ਅੰਦਰ ਜਿਹੜੀ ਗਰਮੀ ਦਾ ਪ੍ਰਕੋਪ ਵੱਧਦਾ ਜਾ ਰਿਹਾ, ਜਿਸ ਤਰੀਕੇ ਨਾਲ ਗਰਮੀ ਦਾ ਪ੍ਰਕੋਪ ਦਾ ਅਸਰ ਜਿਹੜਾ ਵਾ ਆਮ ਜੀਵ ਜੰਤੂਆਂ ਤੇ ਪੈਂਦਾ ਹੈ, ਆਮ ਜਨਤਾ ਤੇ ਪੈਂਦਾ ਆ, ਕਿਤਨਾ ਕਿਤੇ ਫਸਲਾਂ ਤੇ ਵੀ ਖਾਸਾ ਨੁਕਸਾਨ ਪੈਂਦਾ। ਜਿਹੜੀਆਂ ਸਬਜ਼ੀਆਂ ਨੇ ਉਹ ਵੀ ਦਿਨੋ ਦਿਨ ਖਰਾਬ ਹੁੰਦੀਆਂ ਜਾਂਦੀਆਂ ਨੇ। ਸਬਜ਼ੀਆਂ ਬਾਜ਼ਾਰਾਂ 'ਚ ਭਾਵੇਂ ਮਹਿੰਗੀਆਂ ਹੁੰਦੀਆਂ ਨੇ, ਪਰ ਕਿਸਾਨ ਦੀ ਜਿਹੜੀ ਲੱਗੀ ਹੋਈ ਆ ਸਬਜ਼ੀ ਆ ਉਹ ਖਰਾਬ ਹੁੰਦੀ ਜਾਂਦੀ ਹੈ। ਜਿਸ ਤਰੀਕੇ ਨਾਲ ਤੁਸੀਂ ਤੁਹਾਨੂੰ ਸਾਡੇ ਸਹਿਯੋਗੀ ਕੈਮਰਾਮੈਨ ਦਿਖਾ ਰਹੇ ਨੇ ਕਿ ਵੀ ਕਰੇਲੇ ਜਿਹੜੇ ਨੇ ਪੱਕ ਚੁੱਕੇ ਨੇ, ਪਰ ਪੱਕ ਕੇ ਜਿਹੜੇ ਪੀਲੇ ਹੋ ਚੁੱਕੇ ਨੇ, ਜਿਸ ਤਰੀਕੇ ਨਾਲ ਕਿਸਾਨ ਵਿਖਾਉਂਦੇ ਨਜ਼ਰ ਆਉਂਦੇ ਨੇ ਕਿ ਗਰਮੀ ਦਾ ਕਹਿਰ ਜਿਹੜਾ ਵਾ ਉਹ ਫਸਲਾਂ ਤੇ ਵੀ ਖਾਸਾ ਅਸਰ ਕਰਦਾ ਨਜ਼ਰ ਆਉਂਦਾ ਆ। ਹਾਂਜੀ ਭਾਜੀ, ਕਿਸ ਤਰੀਕੇ ਨਾਲ ਵੇਖਦੇ ਹੋ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਹਾਂ ਸਬਜ਼ੀਆਂ ਦੀ, ਗਰਮੀ ਦਾ ਕਿੰਨਾ ਅਸਰ ਪੈਂਦਾ ਸਬਜ਼ੀ? ਗਰਮੀ ਦਾ ਤਾਂ ਬਹੁਤ ਜ਼ਿਆਦਾ ਅਸਰ ਹੈ ਜੀ। ਜਿੰਨੀ ਇੱਥੇ ਮਿਹਨਤ ਪਹਿਲਾਂ ਤਾਂ ਗਰਮੀ 'ਚ ਬੀਜੀ ਆ, ਹੁਣ ਗਰਮੀ ਇੰਨੀ ਕੁ ਪੈ ਗਈ ਆ ਵੀ ਸਾਰਾ ਫਲ ਹੀ ਖਰਾਬ ਹੋਈ ਜਾਣ ਡਿਆ, ਪੱਤੇ ਸੁੱਕੀ ਜਾਣ ਡੇ, ਫਲ ਖਰਾਬ ਹੋਈ ਜਾਣ ਡਿਆ। ਅਤੇ ਇਸ ਕਰਕੇ ਜਿੰਨੀ ਮਿਹਨਤ ਆ ਉਨੀ ਹੁਣ ਮੰਡੀ ਕਰਨ ਦਾ ਵੀ ਪ੍ਰੋਬਲਮ ਆਉਂਦੀ ਆ। ਸਰਕਾਰਾਂ ਕਹਿ ਤਾਂ ਦਿੰਦੀਆਂ ਵੀ ਤੁਸੀਂ ਇਹਨੂੰ ਝੋਨੇ ਦਾ ਬਦਲ ਲਵੋ, ਮੰਡੀ ਕਰਨ ਸਬਜ਼ੀ ਬੀਜੋ, ਪਰ ਜੇ ਸਬਜ਼ੀ ਬੀਜਣੀ ਤਾਂ ਸਰਕਾਰਾਂ ਨੂੰ ਅਸੀਂ ਇਹੋ ਬੇਨਤੀ ਕਰਦੇ ਵੀ ਇਹਦਾ ਮੰਡੀ ਕਰਨ ਦਾ ਵੀ ਇੰਤਜ਼ਾਮ ਕਰਕੇ ਦੇਣ, ਤਾਂ ਕਿ ਇਹ ਤਾਂ ਹੁਣ ਦਫ਼ਤਰਾਂ 'ਚ ਬੈਠੇ ਵੀ ਕਹਿ ਦਿੰਦੇ ਆ ਵੀ ਸਬਜ਼ੀ ਬੀਜੋ, ਇਹ ਕਰੋ ਉਹ ਕਰੋ, ਗਰਾਊਂਡ ਲੈਵਲ 'ਤੇ ਆ ਕੇ ਵੇਖਣ ਵੀ ਕਿਸਾਨ ਦੀ ਹਾਲਤ ਕੀ ਆ, ਅਤੇ ਤਾਂ ਹੀ ਕੋਈ ਸੁਧਾਰ ਹੋ ਸਕਦਾ। ਗਰਮੀ ਤਾਂ ਬਹੁਤ ਜ਼ਿਆਦਾ, ਗਰਮੀ ਕਰਕੇ ਕਿਸਾਨ ਦਾ ਬਹੁਤ ਨੁਕਸਾਨ ਹੈ, ਝਾੜ ਬਹੁਤ ਘਟਣ ਡਿਆ ਅਤੇ ਮੰਡੀ ਕਰਨ 'ਚ ਵੀ ਪ੍ਰੋਬਲਮ ਆਉਣ ਡੀ, ਫਲ ਖਰਾਬ ਹੋਣ ਡਿਆ ਵਾ। ਜੇ ਲਗਾਤਾਰ ਬਾਰਿਸ਼ਾਂ ਹੁੰਦੀਆਂ ਤਾਂ ਬਾਰਿਸ਼ 'ਚ ਕਿੰਨੀ ਲਾਭਦਾਇਕ ਹੁੰਦੀ? ਬਾਰਿਸ਼ ਨਾ ਕਾਫੀ ਫਾਇਦਾ ਹੋਜੂਗਾ, ਇੰਨਾ ਵੀ ਹਰਿਆਲੀ ਆ ਜੂ, ਤੁਹਾਡੇ ਪੱਤੇ ਸੁੱਕਣੋ ਜਿਹੜੇ ਉਹ ਬਚ ਜਾਣਗੇ, ਫਲ ਜਿਹੜਾ ਉਹ ਮਤਲਬ ਠੀਕ ਹੋਜੂਗਾ, ਇਹਦੀ ਕੁਆਲਿਟੀ ਸਹੀ ਹੋਜੂਗੀ, ਅਤੇ ਸਾਨੂੰ ਥੋੜ੍ਹੀ ਜਿਹੀ ਮੰਡੀ ਕਰਨ 'ਚ ਦਿੱਕਤ, ਝਾੜ ਵੀ ਵੱਧ ਜਾਏਗਾ ਇਹਦੇ ਨਾਲ, ਅਤੇ ਕਿਉਂਕਿ ਹੁਣ ਝਾੜ ਵੀ ਖਤਮ ਹੋ ਗਿਆ ਜਿਹੜਾ ਗਰਮੀ ਨਾਲ, ਅਤੇ ਇਸ ਕਰਕੇ ਜੇ ਮੌਸਮ ਠੀਕ ਹੁੰਦਾ ਹੈ ਤਾਂ ਫਿਰ ਤਾਂ ਸਾਨੂੰ ਤੁਹਾਨੂੰ ਪਤਾ ਵੀ ਚਲੋ ਝਾੜ ਵੱਧ ਜੂਗਾ, ਰੇਟ ਰੂਟ ਤਾਂ ਜਿਹੜੇ ਹੈਗੇ ਠੀਕ ਹੀ ਆ, ਪਰ ਇਹ ਵੀ ਚਲੋ ਝਾੜ ਵੱਧ ਨਾਲ ਸਾਨੂੰ ਥੋੜ੍ਹਾ ਬਹੁਤਾ ਬਚਤ ਹੋ ਜਾਊਗੀ। ਮੰਡੀ ਕਰਨ ਦੀ ਤੁਸੀਂ ਪਹਿਲਾਂ ਗੱਲ ਕੀਤੀ ਸੀ, ਆਸਾਨੀ ਨਾਲ ਵਿਕ ਜਾਂਦੀ ਹੈ ਸਬਜ਼ੀਆਂ ਤੁਹਾਡੀਆਂ ਕਿ ਫਿਰ ਕਿਸੇ ਬਾਹਰ ਜਾ ਕੇ ਵੇਚਣੀਆਂ ਪੈਂਦੀਆਂ ਨੇ? ਜਾਣਾ ਪੈਂਦਾ ਜੀ, ਨਾਲੇ ਜਿੰਨੀ ਕੁ ਲਾਗਤ ਹੈਗੀ ਆ, ਇੱਥੇ ਜੇ ਮੰਨ ਲਓ ਨਹੀਂ ਵਿਕਦੀ ਤਾਂ ਫਿਰ ਸਾਨੂੰ ਅੰਮ੍ਰਿਤਸਰ ਜਾਣਾ ਪੈਂਦਾ, ਅੰਮ੍ਰਿਤਸਰ ਕਰੀਏ ਤਾਂ ਉੱਥੇ ਖਰਚਾ ਬਹੁਤ ਪੈ ਜਾਂਦਾ ਵਾ, ਸਾਰੇ ਆਪਾਂ ਗੱਡੀ ਵੀ ਕਰਨੀ ਹੈ ਕਿਰਾਏ 'ਤੇ, ਅਤੇ ਫਿਰ ਉੱਥੇ ਸਾਰਾ ਕੁਛ ਤੁਹਾਨੂੰ ਪਤਾ ਆਉਣ ਜਾਣ ਦਾ ਸਾਰਾ ਖਰਚਾ ਕਰਕੇ, ਅਤੇ ਬਸ ਹੁਣ ਮਜਬੂਰੀ ਆ ਵੀ ਮਜਬੂਰੀ ਕਰਕੇ ਸਾਨੂੰ ਜਾਣਾ ਪੈਂਦਾ, ਘਰ ਰੱਖ ਨਹੀਂ ਸਕਦੇ, ਘਰ ਰੱਖ ਕੇ ਕਰੀਏ ਕੀ ਇਹਨੂੰ। ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਇਹ ਸਬਜ਼ੀਆਂ ਸਪੋਰਟ ਹੁੰਦੀਆਂ ਨੇ ਕਿਤੇ ਬਾਹਰ ਜਾਂਦੀਆਂ ਨੇ ਤੇ ਵਧੀਆ ਮੁਨਾਫਾ ਹੋ ਸਕਦਾ ਹੈ, ਕੀ ਅਪੀਲ ਕਰਨਾ ਚਾਹੁੰਦੇ? ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਜੇ ਤੁਸੀਂ ਬਦਲ ਚਾਹੁੰਦੇ ਹੋ ਵੀ ਝੋਨੇ ਦਾ ਬਦਲ ਚਾਹੁੰਦੇ ਹੋ ਤਾਂ ਸਾਡੇ ਮੰਡੀ ਕਰਨ ਦਾ ਵੀ ਕੋਈ ਇੰਤਜ਼ਾਮ ਕੀਤਾ ਜਾਵੇ, ਜਿਸ ਤਰ੍ਹਾਂ ਪਾਕਿਸਤਾਨ ਐਕਸਪੋਰਟ ਖੋਲ੍ਹੀ ਜਾਵੇ ਜਾਂ ਫਿਰ ਬਾਹਰਲੇ ਸਟੇਟਾਂ ਨੂੰ ਭੇਜੀ ਜਾਣੇ, ਉਹਦਾ ਕੋਈ ਪੱਕਾ ਮੰਡੀਕਰਨ ਕੀਤਾ ਜਾਵੇ ਵੀ ਕਿਸਾਨ ਨੂੰ ਸਹੀ ਭਾਅ ਮਿਲ ਸਕੇ ਜਿਹੜਾ। ਕਈ ਵਾਰ ਤਾਂ ਸਾਨੂੰ ਸੁੱਟ ਕੇ ਆਉਣੀ ਪੈਂਦੀ ਉੱਥੇ, ਅਤੇ ਉੱਥੇ ਫਿਰ ਕੀ ਕਰੇ, ਦੁੱਖ ਲੱਗਦਾ ਵਾ ਜਦੋਂ ਇੰਨੀ ਮਿਹਨਤ ਨਾਲ ਬੀਜੀ ਹੋਵੇ, ਅਤੇ ਫਿਰ ਤੁਹਾਨੂੰ ਪਤਾ ਵੀ ਕਿਸਾਨ ਦੀ ਮਜਬੂਰੀ ਕਰੇ ਵੀ ਕੀ ਹੋਣ। ਠੀਕ ਹੈ, ਸਾਡੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ। ਹਾਂਜੀ ਭਾਜੀ, ਕੀ ਨਾਂ ਹੈ ਆਪਣਾ ਜੀ? ਮੇਰਾ ਨਾਮ ਵੀਰ ਜੀ ਜਸਕਰਨ ਸਿੰਘ ਹੈ। ਜਸਕਰਨ ਸਿੰਘ ਜੀ, ਇਹ ਸਬਜ਼ੀ ਨੂੰ ਤਿਆਰ ਕਰਨ ਦੀ ਕਿੰਨੀ ਕੁ ਮਿਹਨਤ ਲੱਗਦੀ ਹੈ? ਜਿਸ ਤਰੀਕੇ ਨਾਲ ਆਪਾਂ ਅੱਜ ਹੁਣ ਫਲ ਲੱਗਣ ਡਿਆ ਨੂੰ, ਇੱਥੋਂ ਤੀਕਰ ਪਹੁੰਚਣ ਤੀਕਰ ਕਿੰਨੀ ਕੁ ਮਿਹਨਤ ਲੱਗ ਜਾਂਦੀ? ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਜੀ, ਇਹ ਤਿੰਨਾਂ ਸਾਢੇ ਤਿੰਨਾਂ ਮਹੀਨੇ ਦੀ ਖੇਤੀ ਹੋ ਗਈ ਹੈ ਜੀ, ਅਤੇ ਅਜੇ ਤੱਕ ਸਾਡਾ ਪੂਰ ਫਲ ਹੀ ਚੱਲਣ ਡਿਆ ਜੀ। ਕੋਈ ਇਹਦੇ ਵਿੱਚ ਜਿਸ ਤਰ੍ਹਾਂ ਐਰਕਾਂ ਗਰਮੀ ਤੁਹਾਨੂੰ ਪਤਾ ਕਿ ਹੱਦੋਂ ਵੱਧ ਜ਼ਿਆਦਾ ਪੈ ਗਈ ਹੈ, ਅਤੇ ਫਲ ਵੀ ਬਹੁਤ ਘੱਟ ਨੇ, ਅਤੇ ਅਗਲੇ ਬੰਨੇ ਲਾਗਤ ਵੀ ਉਹੋ ਜਿਹੀ ਨਹੀਂ ਹੈਗੀ। ਗਰਮੀ ਕਰਕੇ ਕੋਈ ਸਬਜ਼ੀ ਦਾ ਵੀ ਅਗਲੇ ਬੰਨੇ ਜਿਸ ਤਰ੍ਹਾਂ ਅਸੀਂ ਵੇਚ ਕੇ ਆਉਂਦੇ ਹਾਂ, ਉਹ ਵਪਾਰੀ ਆਖੀ ਜਾਂਦਾ ਅਗਲੇ ਬੰਨੇ ਗਾਂਹ ਲਾਗਤ ਸਾਡੀ ਘੱਟ ਆ, ਵਿਕਦੀ ਨਹੀਂ ਹੈ।
ਪਰ ਜਿਸ ਤਰੀਕੇ ਨਾਲ ਹਨੇਰੀਆਂ ਚੱਲੀਆਂ ਸੀ, ਹਵਾਵਾਂ ਚੱਲੀਆਂ ਸੀ ਤੇਜ਼, ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਫਸਲ ਦਾ? ਉਹਦੇ ਨਾਲ ਵੇਖੋ ਜੀ, ਜਿਹੜਾ ਫਲ ਲੱਗਾ ਵਾ ਉਹ ਛੋਟਾ ਛੋਟਾ ਫਲ ਜਦੋਂ ਸਾਡਾ ਲੱਗਦਾ ਵਾ ਤੇ ਉਹ ਜਦੋਂ ਹਵਾ ਦੇ ਨਾਲ ਉਹ ਸਾਰਾ ਖਰਾਬ ਹੋ ਜਾਂਦਾ, ਉੱਤੋਂ ਡੈਮੇਜ ਹੋ ਜਾਂਦਾ ਤੇ ਉਹ ਸਾਨੂੰ ਵੇਚਣ ਦੇ ਵਿੱਚ ਉੱਥੇ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਅੱਧਾ ਖੜਨਾ ਪੈਂਦਾ ਮੰਡੀ, ਅੱਧਾ ਇੱਥੇ ਪੈਲੀ ਦੇ ਵਿੱਚ ਸੁੱਟਣਾ ਪੈਂਦਾ ਜੀ। ਪਰ ਜੇ ਹੁਣ ਬਾਰਿਸ਼ਾਂ ਹੁੰਦੀਆਂ ਨੇ, ਜਿਸ ਤਰੀਕੇ ਨਾਲ ਗਰਮੀ ਚੱਲ ਰਹੀ ਹੈ, ਬਾਰਿਸ਼ਾਂ ਹੁੰਦੀਆਂ ਤੇ ਬਾਰਿਸ਼ ਨਾਲ ਕਿੰਨਾ ਕੁ ਲਾਭ ਹੋਊਗਾ? ਬਾਰਿਸ਼ ਦੇ ਨਾਲ ਫਾਇਦਾ ਹੁੰਦਾ ਜੀ, ਜਿਹੜੀ ਆ ਨਵੀਂ ਸਾਡੀ ਆ ਲੱਗੀਆਂ ਵੱਲਾਂ ਵਾ, ਜਿਸ ਤਰ੍ਹਾਂ ਇਹਦੀ ਫੋੜ ਨਿਕਲਦੀ ਆ ਫਿਰ ਇਹਦੇ ਨਾਲ ਸਾਡਾ ਫਲ ਲੱਗੂਗਾ, ਉਹਦੇ ਵਿੱਚ ਸਾਨੂੰ ਫਿਰ ਵਾਧਾ ਹੋਊਗਾ ਜੀ, ਫਿਰ ਇਹਦਾ ਝੜ ਵਧੇਗਾ ਜੀ, ਫਿਰ ਮੁਨਾਫਾ ਨਿਕਲੂਗਾ ਜੀ। ਹਾਂਜੀ ਹਾਂਜੀ, ਫਿਰ ਝਾੜ ਆਟੋਮੈਟਿਕ ਵੱਧ ਜਾਣਾ, ਮੌਸਮ ਸਹੀ ਹੋ ਜਾਣਾ ਵਾ ਤੇ ਸਾਡੀ ਜਿਹੜੀ ਸਬਜ਼ੀ ਦੀ ਸ਼ੇਪ ਆ ਜਿਹੜੀ ਉਹ ਵੀ ਠੀਕ ਹੋ ਜਾਣੀ ਹੈ। ਠੀਕ ਹੈ, ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੇ? ਸਰਕਾਰਾਂ ਨੂੰ ਇਹੋ ਅਪੀਲ ਕਰਨੀ ਚਾਹੁੰਦੇ ਹਾਂ ਜੀ, ਜੇ ਉਹ ਸਰਕਾਰਾਂ ਚਾਹੁੰਦੀਆਂ ਵਾ ਵੀ ਸਾਡਾ ਦੂਜਾ ਝੋਨੇ ਦਾ ਜਾਂ ਕੋਈ ਫਸਲ ਵੀ ਜਿਹੜੀ ਆ ਵੀ ਇਹ ਨੁਕਸਾਨਦਾਇਕ ਆ ਜਿਸ ਤਰ੍ਹਾਂ ਪਾਣੀ ਵੱਲੋਂ, ਤੇ ਸਾਡਾ ਕੋਈ ਮੰਡੀਕਰਨ ਦਾ ਵਧੀਆ ਤਰੀਕਾ ਕੀਤਾ ਜਾਵੇ, ਸਾਨੂੰ ਸਬਜ਼ੀ ਵੇਚਣ ਦੇ ਵਿੱਚ ਸੌਖ ਹੋ ਜੇ, ਬਾਹਰ ਐਕਸਪੋਰਟ ਹੋਵੇ, ਇਹ ਤਰ੍ਹਾਂ ਵੀ ਜਿਸ ਤਰ੍ਹਾਂ ਸਾਨੂੰ ਮੁੜ ਕੇ ਸਬਜ਼ੀ ਵੇਚ ਕੇ ਸਾਨੂੰ ਲੱਗੇ ਵੀ ਫਾਇਦਾ ਵਾ ਤੇ ਅਸੀਂ ਝੋਨੇ ਵਾਲੇ ਪਾਸੇ ਆਪੇ ਨਾ ਜਾਈਏ, ਜੇ ਸਾਡੀ ਸਬਜ਼ੀ ਬਾਹਰ ਐਕਸਪੋਰਟ ਹੋ ਜਾਂਦੇ ਜਾਂ ਸਾਡੀ ਸੌਖੀ ਵਿਕਣ ਡੈਵੇ ਤੇ ਫਿਰ ਸਾਨੂੰ ਇਹਨਾਂ ਚੱਕਰਾਂ ਦੇ ਵਿੱਚ ਪੈਣ ਦੀ ਕੀ ਲੋੜ ਆ। ਠੀਕ ਹੈ ਜੀ, ਲਗਾਤਾਰ ਤੁਹਾਨੂੰ ਅਸੀਂ ਜਨਾਲਾ ਦੇ ਪਿੰਡ ਪੰਜਗਰੇ ਨਿੱਜਰ ਚ ਮੌਜੂਦ ਸੀ, ਜਿਸ ਤਰੀਕੇ ਨਾਲ ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਸੀ ਕਿ ਵਧਦੀ ਗਰਮੀ ਜਿੱਥੇ ਲੋਕਾਂ ਦਾ, ਆਮ ਜੀਵ ਜੰਤੂਆਂ ਦਾ ਨੁਕਸਾਨ ਕਰਦੀ ਹੈ, ਆਮ ਜਨਤਾ ਦਾ ਨੁਕਸਾਨ ਕਰਦੀ ਹੈ, ਫਸਲਾਂ ਤੇ ਕਿੰਨੀ ਕੁ ਨੁਕਸਾਨ ਕਰਦੀ ਹੈ, ਸਬਜ਼ੀਆਂ ਦਾ ਕਿੰਨਾ ਕੁ ਨੁਕਸਾਨ ਕਰਦੀ ਹੈ, ਬਾਖੂਬੀ ਕਿਸਾਨਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਗਰਮੀ ਜ਼ਿਆਦਾ ਹੋਣ ਨਾਲ ਫਸਲਾਂ ਸੜ ਜਾਂਦੀਆਂ ਨੇ, ਸਬਜ਼ੀਆਂ ਖਰਾਬ ਹੋ ਜਾਂਦੀਆਂ ਨੇ, ਪਰ ਜੇ ਬਾਰਿਸ਼ਾਂ ਪੈਂਦੀਆਂ ਨੇ ਤੇ ਦੁਬਾਰਾ ਤੋਂ ਇਹ ਸਬਜ਼ੀਆਂ ਫਿਰ ਪੁੰਗਰਨ ਲੱਗ ਜਾਣਗੀਆਂ ਤੇ ਇਹਨਾਂ ਨੂੰ ਦੜਾ ਵੱਧ ਫਲ ਲੱਗਣ ਲੱਗ ਪਿਆ ਤੇ ਝਾੜ ਵਧੇਗਾ ਤੇ ਕਿਤਨਾ ਕਿਤੇ ਕਿਸਾਨਾਂ ਦਾ ਆਮਦਨ ਵਧੇਗੀ, ਤੇ ਨਾਲ ਨਾਲ ਉਹਨਾਂ ਨੂੰ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਬਜ਼ੀਆਂ ਦਾ ਇਹ ਵਿੱਚ ਮੰਡੀਕਰਨ ਵਧੀਆ ਕੀਤਾ ਜਾਵੇ, ਜਿਸ ਤਰੀਕੇ ਨਾਲ ਕਿਸਾਨ ਕਿਤਨਾ ਕਿਤੇ ਝੋਨੇ ਨੂੰ ਛੱਡ ਕੇ ਇਹ ਸਬਜ਼ੀਆਂ ਬੀਜਣ ਦੇ ਵਿੱਚ ਜਿਹੜਾ ਆਪਣਾ ਜ਼ਿਆਦਾ ਧਿਆਨ ਦੇਵੇ। ਬਾਕੀ ਤੁਸੀਂ ਜੁੜ ਰਹੇ ਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ, ਜਨਾਲਾ ਤੋਂ ਜਗਜੀਤ ਸਿੰਘ ਦੇ।